11ਵੇਂ ਦਿਨ ਦੀ ਪਛਤਾਪ ਯਾਤਰਾ ਭਾਈ ਗੁਰਵਿੰਦਰ ਸਿੰਘ ਜੀ ਦੀ ਚੱਲਦੇ ਚੱਲਦੇ ਅੱਜ ਉਸ ਥਾਂ ਤੇ ਆ ਗਈ ਜਿੱਥੇ ਪਰਿਵਾਰ ਦਾ ਜੋ ਗੱਲਾਂ ਬਾਤਾਂ ਨੂੰ ਸੁਣ ਕੇ ਮਨ ਜਿਹੜਾ ਡੋਲਦੇ ਗਏ। ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਜੀ ਦੇ ਪਏ, ਅਸੀਂ ਉਹਨਾਂ ਦੇ ਘਰ ਹੀ ਬੈਠੇ ਹਾਂ, ਉਹਨਾਂ ਦੀ ਸੁਪਤਨੀ ਸਾਡੇ ਨਾਲ ਬੈਠੇ ਨੇ। ਵਿਚਾਰ ਵਟਾਂਦਰੇ ਕੀਤੇ ਗਏ ਭਾਈ ਗੁਰਵਿੰਦਰ ਸਿੰਘ ਜੀ ਦੇ ਨਾਲ, ਉਹਨਾਂ ਦੇ ਕਿਵੇਂ ਦੁਖਾਂਤ ਵਰਤੇ ਆ, ਕੀ ਕੁਛ ਹੋਇਆ, ਉਹਨਾਂ ਗੱਲਾਂ ਦੇ ਨਾਲ ਸਾਂਝ ਕਰਦੇ ਹੋਏ ਭਾਈ ਗੁਰਵਿੰਦਰ ਸਿੰਘ ਜੀ ਵੀ ਭਾਵੁਕ ਹੋਏ ਦਿਖੇ। ਭਾਵੁਕ ਤਾਂ ਪੰਜਾਬ ਦਾ ਹਰੇਕ ਵਾਸੀ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਸਥਾ ਰੱਖਦਾ, ਲੇਕਿਨ ਇਹ ਲੰਮੇ ਜਿਹੜੇ ਹੈਗੇ ਨੇ ਇਹ ਵਿਆਹ ਕਰਨੇ ਬਹੁਤ ਮੁਸ਼ਕਲ ਨੇ। ਆਪਾਂ ਉਹਦੇ ਸੁਪਤਨੀ ਨਾਲ ਗੱਲਬਾਤ ਕਰਦੇ ਹਾਂ ਕਿ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਨੇ ਨਾਲੋਂ ਦੁਖਾਂਤ ਵਰਤਿਆ ਤੇ ਪਰਿਵਾਰ ਦੇ ਉੱਪਰ ਕਿਹੜਾ ਕਿਹੜਾ ਦੁੱਖ ਹੈ, ਵੈਸੇ ਤਾਂ ਦੁੱਖ ਬਹੁਤ ਵੱਡੇ ਉਹਨਾਂ ਨੇ, ਕਿਹੜਾ ਕਿਹੜਾ ਦੁੱਖ ਹੈ ਜਿਹੜਾ ਉਹਨਾਂ ਦੀ ਵਾਰ ਵਾਰ ਯਾਦ ਕਰਦਾ। ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਇਸੇ ਪਿੰਡ ਵਿੱਚ ਰਹਿੰਦੇ ਸੀਗੇ ਤੇ ਉਹ ਕੀ ਕੰਮ ਕਰਦੇ ਸੀਗੇ? ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਉੱਥੇ ਜਦੋਂ ਰੋਸ ਧਰਨਾ ਸੀਗਾ ਉੱਥੇ ਪੁੱਜਦੇ ਆ, ਉੱਥੇ ਕੀ ਕਾਰਜ ਕਰ ਰਹੇ, ਕੋਈ ਸੇਵਾ ਕਰ ਰਹੇ ਸੀਗੇ, ਲੰਗਰ ਪ੍ਰਸ਼ਾਦੀ ਛਕਾ ਰਹੇ ਸੀਗੇ, ਜਲ ਦੀ ਸੇਵਾ ਕਰ ਰਹੇ ਸੀਗੇ ਜਾਂ ਉੱਥੇ ਪ੍ਰਚਾਰ ਕਰ ਰਹੇ ਸੀਗੇ? ਜਾਣ ਤੋਂ ਬਾਅਦ ਕੋਈ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ? ਹਾਂਜੀ, ਬਹੁਤ ਜ਼ਿਆਦਾ ਪਰੇਸ਼ਾਨੀ ਕਰਨਾ ਪਿਆ ਸਾਹਮਣਾ ਜੀ। ਕਿਸੇ ਵੀ ਸਰਕਾਰਾਂ ਨੂੰ ਚਿੰਤਾ ਵੀ ਪਈਆਂ ਬੱਚਿਆਂ ਨੂੰ ਜੀ, ਆਪਦੇ ਪਰਿਵਾਰ ਨੂੰ ਵੀ ਘਾਟਾ ਬਹੁਤ ਵੱਡਾ ਜੀ। ਸੋ ਭਾਈ ਭਗਵਾਨ ਕ੍ਰਿਸ਼ਨ ਜੀ ਤਾਂ ਸ਼ਹੀਦ ਹੋ ਗਏ, ਸਿੱਖ ਧਰਮ ਦੇ ਵਿੱਚ ਨਾਇਕ ਬਣ ਗਏ, ਨਾਮ ਉਹਨਾਂ ਦਾ ਪੂਰੇ ਵਰਲਡ ਵਿੱਚ ਹਰੇਕ ਪੰਜਾਬੀ ਜਾਣਦਾ ਹੈਗਾ, ਤੇ ਉਹਨਾਂ ਦੇ ਜਾਣ ਮਗਰੋਂ ਪਰਿਵਾਰ ਦੇ ਜਿਹੜੇ ਜੀ ਨੇ ਉਹ ਕਿੰਨੇ ਜੀ ਨੇ? ਪਰਿਵਾਰ ਦੇ ਚਾਰ ਜੀ ਹੈ ਜੀ, ਦੋ ਬੇਟੇ ਇੱਕ ਬੇਟੀ ਜੀ। ਇਹਦੇ ਉੱਪਰ ਕਿਸੇ ਜਥੇਬੰਦੀਆਂ ਜਾਂ ਰਾਜਨੀਤਿਕ ਤੌਰ ਦੇ ਉੱਪਰ ਤੁਹਾਡੀ ਤੋਂ ਕੋਈ ਹੈਲਪ ਕੀਤੀ ਗਈ ਹੋਵੇ ਜਾਂ ਕੋਈ ਤੁਹਾਡੇ ਤੇ ਪ੍ਰੈਸ਼ਰ ਪਾਇਆ ਗਿਆ ਹੋਵੇ? ਇੱਥੇ ਖੇਤੀਬਾੜੀ ਕਰਦੇ ਸੀ ਜੀ, ਬਾਹਰ ਗੁਰੂ ਸਾਹਿਬ ਦਾ ਪਾਠ ਕਰਦੇ ਸੀ, ਬਾਣੀ ਪ੍ਰਚਾਰ ਬਾਹਰ ਦੇਸਾਂ ਵਿਦੇਸਾਂ ਦੀ ਯਾਤਰਾ ਕਰਦੇ। ਪ੍ਰਚਾਰਕ ਦੇ ਤੌਰ ਦੇ ਉੱਪਰ ਵੀ ਗੁਰੂ ਸਾਹਿਬ ਦੀ ਬਾਣੀ ਵੀ ਸਭ ਸੰਗਤਾਂ ਦੇ ਕੰਨਾਂ ਵਿੱਚ ਪਾਉਂਦੇ ਸੀ। ਬਾਣੀ ਨਾਲ ਬਹੁਤ ਜ਼ਿਆਦਾ ਬਾਰ ਕਥਾ ਵਾਚਿਤ ਵੀ ਬਾਹਰ, ਇੰਗਲੈਂਡ, ਅਮਰੀਕਾ, ਕੈਨੇਡਾ, ਸਾਊਥ ਅਮਰੀਕਾ। ਜੇ ਅਸੀਂ ਸੁਣਿਆ ਕਿ ਜਿਹੜੇ ਜਦੋਂ ਪ੍ਰਸ਼ਾਦੇ ਵਰਤਾਏ ਜਾ ਰਹੇ ਸੀਗੇ, ਉਸ ਵੇਲੇ ਉਹ ਪ੍ਰਸ਼ਾਦੇ ਉਹਨਾਂ ਲੋਕਾਂ ਨੂੰ ਵੀ ਛਕਾਏ ਗਏ ਜਿਹਨਾਂ ਲੋਕਾਂ ਵੱਲੋਂ ਉਹ ਕਹਿ ਢਾਇਆ ਗਿਆ? ਹਾਂਜੀ, ਪੁਲਿਸ ਵਾਲਿਆਂ ਨੂੰ ਵੀ ਪ੍ਰਸ਼ਾਦੇ ਉਹਨਾਂ ਨੂੰ ਛਕਾਏ, ਸਰਕਾਰ ਦੱਸਿਆ ਜਾ ਰਿਹਾ ਆਪਣਾ ਜਿਹੜਾ ਦੁੱਖ ਹੈ ਸਰਕਾਰ ਨੂੰ ਦੱਸਿਆ ਜਾ ਰਿਹਾ,
ਤੇ ਜਿਹੜੇ ਲੋਕ ਬੈਠੇ ਨੇ ਉਹਦੀ ਸੇਵਾ ਵਿੱਚ ਗਏ ਸੀਗੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ। ਤੇ ਉਸ ਵੇਲੇ ਜਿਹੜੀਆਂ ਉੱਥੇ ਫੋਰਸਾਂ ਲੱਗੀਆਂ ਸਨ, ਪੁਲਿਸ ਲੱਗੀ ਸੀਗੀ, ਉਹਨਾਂ ਨੇ ਵੀ ਪਛਾਦ ਸੀਗੇ, ਪਰੰਤੂ ਗੋਲੀ ਚਲਾਉਣ ਲੱਗੇ। ਕਿਸੇ ਨੇ ਵੀ ਦੇਖਿਆ ਵੀ ਸਾਹਮਣੇ ਜੋ ਇਨਸਾਨ ਨੇ ਉਹ ਗੁਰੂ ਪ੍ਰਚਾਰ ਕਰਨ ਵਾਲੇ ਨੇ, ਗੁਰੂ ਦੀ ਸੇਵਾ ਕਰਨ ਵਾਲੇ ਨੇ, ਪ੍ਰਸ਼ਾਦੇ ਸਾਰੇ ਸੰਤਾਂ ਨੂੰ ਸਿਖਾ ਰਹੇ ਸੀਗੇ, ਹੱਥ ਵਿੱਚ ਹੀ ਉਹ ਟੋਕਰੀ ਜਿਹਨੂੰ ਆਪਾਂ ਪੰਜਾਬੀ ਛਾਪਾ ਕਹਿੰਦੇ ਹਾਂ ਉਹ ਪਕੜੀ ਹੋਈ ਸੀਗੀ, ਤੇ ਉਸਦੇ ਹੱਥ ਵਿੱਚ ਹੁੰਦੇ ਹੋਏ ਨੇ ਗੋਲੀਆਂ ਵਰਾ ਕੇ ਭਾਈ ਕ੍ਰਿਸ਼ਨ ਭਗਵਾਨ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ, ਜੋ ਕਿ ਪੂਰੇ ਸਿੱਖ ਜਗਤ ਨੂੰ ਪ੍ਰਚਾਰ ਦੇ ਨਾਲ